ਅੱਜ ਦੇਸ਼ ਨੂੰ ਇੱਕ ਨਵੀਂ ਸਰਕਾਰ ਮਿਲੂਗੀ ਔਰ ਜਿਹੜੇ ਐਗਜ਼ਿਟ ਪੋਲ ਪਿਛਲੇ 3 ਦਿਨ ਤੋਂ ਚੱਲਦੇ ਨੇ ਉਹ ਸੱਟਾ ਬਾਜ਼ਾਰ ਦੇ ਐਗਜ਼ਿਟ ਪੋਲ ਸੀ ਸਾਰੇ ਐਗਜ਼ਿਟ ਪੋਲ ਜਿਹੜੇ ਨੇ ਝੂਠੇ ਸਾਬਤ ਹੋਣਗੇ ਨਾ ਬੀਜੇਪੀ ਦੀ ਸਰਕਾਰ ਬਣ ਰਹੀ ਹੈ ਨਾ ਕਾਂਗਰਸ ਦੀ ਬਣ ਰਹੀ ਹੈ ਔਰ ਤੀਜਾ ਸਮੀਕਰਨ ਬਣੂੰਗਾ ਮੈਂ ਦਿੱਲੀ ਤੋਂ ਆਇਆ ਕੱਲ੍ਹ ਰਾਤ ਚੰਦਰਬਾਬੂ ਨਾਇਡੂ ਜੀ ਨੂੰ ਮਮਤਾ ਬੈਨਰਜੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਮੀਟਿੰਗਾਂ ਹੋਈਆਂ ਨੇ ਇਲੈਕਸ਼ਨ ਕਮਿਸ਼ਨ ਕੋਲ ਵੀ ਗਏ ਸੀ ਔਰ ਦੇਸ਼ ਜਿਹੜਾ ਉਹ ਅੱਜ ਆਪਣਾ ਫੈਸਲਾ ਜਿਹੜਾ ਜਨ ਆਦੇਸ਼ ਸੁਣਾਊਗਾ ਅਤੇ ਆਹ ਨੌਜਵਾਨ ਜਿਹੜੇ ਖੜ੍ਹੇ ਨੇ ਅੱਜ ਇਹਨਾਂ ਦੀ ਜਿੱਤ ਹੋਊਗੀ ਅਮਿਤ ਸ਼ਾਹ ਕਰੇ 300 ਸੀਟਾਂ ਲੈ ਕੇ ਕਹਿ ਲੈਣ ਦਿਉ ਉਹਨਾਂ ਨੂੰ ਦਿਲ ਬਹਿਲਾਣੇ ਕੇ ਲਈ ਗੱਲ ਖਿਆਲ ਅੱਛਾ ਹੈ ਕਿਆ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ ਹਾਂ ਜਿੱਤ ਜਿਹੜੇ ਸੱਚ ਹੈ ਸੱਚ ਨੂੰ ਕਦੇ ਕੋਈ ਡਰ ਨਹੀਂ ਹੁੰਦਾ ਸੋ ਅਸੀਂ ਪ੍ਰਚਾਰ ਜਿਹੜਾ ਜਿਸ ਤਰੀਕੇ ਦਾ ਪ੍ਰਚਾਰ ਹੋਇਆ ਲੋਕਾਂ ਨੇ ਪਿਆਰ ਦਿੱਤਾ ਮਾਵਾਂ ਨੇ ਸਿਰ ਪੜੋਸੇ ਭੈਣਾਂ ਨੇ ਦੁਆਵਾਂ ਦਿੱਤੀਆਂ ਭਰਾਵਾਂ ਨੇ ਸੈਲਫੀਆਂ ਕਰਾਈਆਂ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਪੱਲਿਓਂ ਤੇਲ ਪਵਾਇਆ ਕਾਲੀਆਂ ਕਾਂਗਰਸੀਆਂ ਦਾ ਵੀ ਤੇਲ ਇੱਧਰ ਹੀ ਵਰਤਿਆ ਉਹਨਾਂ ਦਾ ਧੰਨਵਾਦ ਸਰ ਹੈਂਜੀ ਪੰਜਾਬ ਦੇ ਵਿੱਚ ਕੀ ਉਹ ਕਹਿੰਦਾ ਕੋਈ ਬੰਦਾ ਗਿਆ ਹਜਾਮਤ ਕਰਾਉਣ ਉਹ ਪੁੱਛਦਾ ਕਹਿੰਦਾ ਯਾਰ ਵਾਲ ਕਿਹੜੇ ਕਿਹੜੇ ਨੇ ਉਹ ਕਹਿੰਦਾ ਮਿੰਟ 10 ਠਹਿਰ ਜਾ ਥੱਲੇ ਆ ਜਾਣਗੇ ਦੇਖ ਲਈ ਵੇਟ ਕਰ ਲਓ 5 ਘੰਟੇ